ਪੰਜਾਬੀ ਫਿਲਮ ਇੰਡਸਟਰੀ ਵਿੱਚ ਮਰਦ ਪ੍ਰਧਾਨ ਵਿਸ਼ਿਆਂ ਤੇ ਫਿਲਮਾਂ ਬਣਦੀਆਂ ਆਈਆਂ ਨੇ, ਪਰ ਹੁਣ ਪੰਜਾਬੀ ਫਿਲਮਾਂ ਵਿੱਚ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਨੂੰ ਵੀ ਗੰਭੀਰਤਾ ਨਾਲ ਲਿਆ ਜਾਣ ਲੱਗ ਪਿਆ। ਅਜਿਹੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਦਿੱਲੀ ਵਿੱਚ, ਜਿਸ ਦਾ ਨਾਮ ਹੈ ਹਾਰਡਕੋਰ। ਫਿਲਮ ਦੀ ਕਹਾਣੀ ਘੁੰਮਦੀ ਹੈ ਪੰਜ ਨੌਜਵਾਨ ਕੁੜੀਆਂ ਦੁਆਲੇ, ਜਿਨ੍ਹਾਂ ਦੀਆਂ ਰੋਜ਼ਮਰ੍ਹਾ ਦੀਆਂ ਦਿੱਕਤਾਂ ਬਾਰੇ ਵਧੀਆ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮ ਦੇ ਡਾਇਰੈਕਟਰ ਅਜੀਤ ਰਾਜਪਾਲ ਨੇ ਅਤੇ ਫਿਲਮ ਵਿੱਚ ਬਤੌਰ ਅਦਾਕਾਰ ਡੀਨਾ ਉਪਲ, ਨਿਰਮਲ ਰਿਸ਼ੀ, ਦ੍ਰਿਸ਼ਟੀ ਗਰੇਵਾਲ ਸ਼ਾਮਿਲ ਨੇ। ਕਨਸੈਪਟ ਤਾਂ ਕਿ ਮੈਂ ਫੀਮੇਲ ਕੋ ਆਗੇ ਸੇ ਆਗੇ ਲੈ ਕੇ ਆਊਂ ਔਰ ਜ਼ਿਆਦਾ ਸੇ ਜ਼ਿਆਦਾ ਉਨਕੋ ਦਿਖਾਊਂ ਕਿ ਫੀਮੇਲ ਵੀ ਕਿਸੇ ਸੇ ਕਮ ਨਹੀਂ ਹੈ। ਮੇਰੀ ਜੋ ਕੋਰ ਹੈ, ਯੇ ਮੇਰੀ ਪਾਂਚ ਕੋਰ ਕੋ ਲੈ ਕੇ ਕਹਾਣੀ ਹੈ। ਯੇ ਕੋਰ ਬੜੀ ਸਟਰੋਂਗ ਹੈ ਇਸ ਪਿਕਚਰ ਮੇਂ। ਯੇ ਹਰ ਉਸ ਕੋਰ ਕੀ ਕਹਾਣੀ ਹੈ ਜੋ ਹਮਾਰੇ ਘਰ ਮੇਂ, ਹਮਾਰੇ ਆਫਿਸ ਮੇਂ ਯਾ ਹਮਾਰੀ ਗੌਰਮੈਂਟ ਮੇਂ, ਯੇ ਉਹ ਸਾਰੀ ਕੋਰ ਹੈ। ਯੇ ਪਾਂਚ ਨਦੀਆਂ ਹੈ ਜੋ ਬਹਿਤੀ ਜਾ ਰਹੀ ਹੈ, ਕਿਸੀ ਪੇ ਕੰਟਰੋਲ ਨਹੀਂ ਹੋਊਂਗੀ ਔਰ ਬਹੁਤ ਸਟਰੋਂਗ ਕੋਰ ਹੈ। ਤੋ ਸਭ ਵਹੀ ਮਸਾਲਾ ਹੈ ਮੇਰੀ ਮੂਵੀ ਮੇਂ। ਯੇ ਬਹੁਤ ਵੂਮੈਨ ਰਿਸਪੈਕਟ ਕੀ ਚੀਜ਼ ਹੈ ਮੇਰੀ ਮੂਵੀ ਮੇਂ। ਤੋ ਆਪ ਲੋਗ ਆਏ ਔਰ ਦੇਖੇ, ਬਹੁਤ ਅੱਛੀ ਲੱਗੇਗੀ।